ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਆਪਾਂ ਸ਼ਬਦ ਕਰਾਂਗੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਮਤਸਪਤਕ ਦੇ ਦੂਸਰੇ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ, ਵੀਰਾਂ ਦੇ ਸਕੇਲ ਤੋਂ ਇਸ ਸ਼ਬਦ ਨੂੰ ਕਰਨਾ ਹੈ। ਕਹਿਰਵੀ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ, ਇਹ ਰੀਤ ਹੈ, ਬਹੁਤ ਹੀ ਸੌਖੀ ਕੰਪੋਜੀਸ਼ਨ ਹੈ, ਤੁਸੀਂ ਇਸ ਨੂੰ ਸੌਖੇ ਢੰਗ ਨਾਲ ਕੱਢ ਸਕਦੇ ਹੋ। ਇਸ ਵਿੱਚ ਲੱਗਣ ਵਾਲੇ ਸਵਰ ਦੋਨੋਂ ਰੇ ਲੱਗਣੇ ਹਨ, ਦੋਨੋਂ ਗਾ ਲੱਗਣੇ ਹਨ, ਧਾ ਕੋਮਲ ਅਤੇ ਨੀ ਕੋਮਲ ਲੱਗਣਾ ਹੈ। ਮੈਂ ਇੱਕ ਵਾਰ ਸ਼ਬਦ ਦੀ ਸਥਾਈ ਗਾਇਨ ਕਰਾਂਗਾ, ਉਸ ਤੋਂ ਬਾਅਦ ਉਸਦੀ ਸਰਗਮ ਅਤੇ ਸਰਗਮ ਦੇ ਉੱਤੇ ਸ਼ਬਦ ਸਲੋ ਸਲੋ ਲਗਾ ਕੇ ਦੱਸਾਂਗਾ, ਉਸ ਤੋਂ ਬਾਅਦ ਅੰਤਰਾ ਕਰਾਂਗੇ ਅਤੇ ਲਾਸਟ ਵਿੱਚ ਇੱਕ ਵਾਰ ਆਪਾਂ ਤਬਲੇ ਦੇ ਨਾਲ ਸ਼ਬਦ ਨੂੰ ਗਾਇਨ ਕਰ ਲਾਂਗੇ। ਸ਼ਬਦ ਸ਼ੁਰੂ ਕਰਦੇ ਹਾਂ। ਸ਼ੁਰੂ 'ਚ ਇੱਕ ਵਾਹਿਗੁਰੂ ਦਾ ਆਲਾਪ ਦੇਖੋ ਜੀ। ਇਸਦੀ ਸਰਗਮ ਦੇਖੋ ਜੀ। ਸੰਤਾਂ ਕੇ ਕਾਰਜ ਸਰਗਮ ਧਾ ਸਾ ਸਾ ਰੇ ਗਾ ਰੇ ਸਾ। ਫਿਰ ਦੇਖੋ
ਧਾਸਾ ਧਾਸਾ ਸਾਰੇ ਗਗਾਰੇ ਸਾ ਸ਼ਬਦ ਸੰਤਾਂ ਕੇ ਕਾਰਜ ਫਿਰ ਦੇਖੋ ਸੰਤਾਂ ਕੇ ਕਾਰਜ ਨੈਕਸਟ ਲਾਈਨ ਆਪ ਖਲੋਇਆ ਇਸਦੀ ਸਰਗਮ ਦੇਖੋ ਗਾਰੇ ਸਾ ਸਾ ਨਿਧਾ ਨਿਧਾ ਸ਼ਬਦ ਆਪ ਖਲੋਇਆ ਇਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਇਹ ਦੋਨਾਂ ਲਾਈਨਾਂ ਨੂੰ ਦੁਬਾਰਾ ਬੋਲਣਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਫਿਰ ਤੁਸੀਂ ਸਾਹ 'ਤੇ ਖੜ ਜਾਣਾ ਹੈ ਜਦੋਂ ਨੈਕਸਟ ਲਾਈਨ 'ਤੇ ਜਾਣਾ ਹੈ ਠੀਕ ਹੈ ਨਾ ਆਪ ਖਲੋਇਆ ਜਦੋਂ ਹਰ ਕੰਮ ਕਰਾਇਆ ਰਾਵਣ ਆਇਆ ਰਾਮ ਬੋਲਣਾ ਹੈ ਤਾਂ ਸਾਹ 'ਤੇ ਰੁਕ ਜਾਣਾ ਹੈ ਅਗਰ ਦੁਬਾਰਾ ਬੋਲਣੀ ਹੈ ਲੈਣ ਤਾਂ ਫਿਰ ਦੇਖੋ ਆਪ ਖਲੋਇਆ ਠੀਕ ਹੈ ਨਾ ਇਸ ਤੋਂ ਬਾਅਦ ਦੁਬਾਰਾ ਬੋਲਣੀ ਪੈਣੀ ਹੈ ਤੁਹਾਨੂੰ ਲਾਈਨ ਕਿਉਂਕਿ ਤੁਸੀਂ ਸਾਹ 'ਤੇ ਰੁਕਣਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਨੈਕਸਟ ਲਾਈਨ ਹਰ ਕੰਮ ਕਰਾਵਣ ਆਇਆ ਰਾਮ ਸਰਗਮ ਦੇਖੋ ਪਾਪਾ ਪਾਪਾ ਧ ਪ ਮ ਗਾਰੇ ਸਾ ਰੇ ਗਾ ਸਾ ਰੇ ਗਾ ਪ ਮ ਗਾ ਫਿਰ ਦੁਬਾਰਾ ਦੇਖੋ ਪਾਪਾ ਪਾਪਾ ਧ ਪ ਮ ਗਾ ਗਾਰੇ ਸਾ ਸਾ ਰੇ ਗਾ ਪ ਮ ਗਾ ਸ਼ਬਦ ਦੇਖੋ ਹਰ ਕੰਮ ਕਰਾਵਣ ਆਇਆ ਰਾਮ ਫਿਰ ਦੁਬਾਰਾ ਦੇਖੋ ਹਰ ਕੰਮ ਕਰਾਵਣ ਆਇਆ ਰਾਮ ਜਦੋਂ ਪਹਿਲੀ ਲਾਈਨ 'ਤੇ ਆਉਣਾ ਹੈ ਫਿਰ ਰੇ ਸਾ ਕੋਮਲ ਲੈ ਕੇ ਆ ਜਾਣਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਖਲੋਇਆ ਇਹ ਹੈ ਅਸਥਾਈ ਹੁਣ ਆਪਾਂ ਕਰਾਂਗੇ ਅੰਤਰਾ ਧਰਤ ਸੁਹਾਵੀ ਤਾਲ ਸੁਹਾਵਾ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਵਿੱਚ ਅੰਮ੍ਰਿਤ ਜਲ ਛਾਇਆ ਸਰਗਮ ਦੇਖੋ ਅੰਤਰੇ ਦੀ ਤਰਤ ਸੁਹਾਵੀ ਤਾਲ ਸੁਹਾਵਾ ਸਰਗਮ ਪਾਮਾਗਾ ਹੁਣ ਇੱਥੇ ਗਾ ਸ਼ੁੱਧ ਯੂਜ ਕਰਨਾ ਹੈ ਆਪਾਂ ਠੀਕ ਹੈ ਜੀ ਪਾਮਾਗਾ ਗਾ ਪਾਮਾ ਪਾਮਾਗਾ ਗਾ ਪਾਮਾ ਸ਼ਬਦ ਤਰਤ ਸੁਹਾਵੀ ਸੁਹਾਵਾ ਇਹ ਦੋ ਵਾਰੀ ਬੋਲਣਾ ਹੈ
ਤਰਤ ਸੁਹਾਵੀ ਤਾਲ ਸੁਹਾਵਾ। ਨੈਕਸਟ ਲਾਈਨ ਫਿਰ ਸਾਥ ਲੈਣਾ ਹੈ। ਵਿੱਚ ਅੰਮ੍ਰਿਤ ਜਲ ਛਾਇਆ ਸਰਗਮ ਹੈ ਜਿਹੜੀ ਉਹੀ ਹੈ ਜਿਹੜੀ ਸੰਤਾ ਕੇ ਕਾਰਜ ਆਪ ਕੋਲ ਹੈ ਉਹੀ ਬੜੀ ਸਰਗਮ ਹੈ। ਸਾ 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 ਰੇ ਗਗਾ ਸਾ ਗਾਰੇ ਸਾ ਗਾਰੇ ਸਾ ਸਾ ਨੀ ਧਨੀ ਗਾ ਸਾ 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 ਰੇ ਗਗਾਰੇ ਸਾ ਗਾਰੇ ਸਾ 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 ਸਾ। ਸ਼ਬਦ ਦੇਖੋ ਵਿੱਚ ਅੰਮ੍ਰਿਤ ਜਲ ਛਾਇਆ ਰਾ ਨਿਧਾ ਨਿਧਾ ਮ ਵਿੱਚ ਅੰਮ੍ਰਿਤ ਜਲ ਛਾਇਆ ਰਾ ਸੰਤਾਂ ਕੇ ਕਾਰਜ। ਫਿਰ ਇੱਥੋਂ ਅਸਥਾਈ ਸ਼ੁਰੂ ਹੋ ਜਾਣੀ ਹੈ। ਹੁਣ ਆਪਾਂ ਬਾਕੀ ਰਹਿੰਦਾ ਸ਼ਬਦ ਤਬਲੇ ਦੇ ਨਾਲ ਗਾਇਨ ਕਰਦੇ ਹਾਂ। ਸਗਲ
ਇਹ ਸ਼ਬਦ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਹੈ। ਸਾਰੇ ਅੰਤਰੇ ਤੁਹਾਨੂੰ ਲਗਾ ਕੇ ਦੱਸ ਦਿੱਤੇ ਗਏ ਹਨ। ਅਸਥਾਈ ਅਤੇ ਅੰਤਰੇ ਦੀ ਸਰਗਮ ਅਤੇ ਸਰਗਮ ਦੇ ਉੱਤੇ ਸ਼ਬਦ ਵੀ ਲਗਾ ਕੇ ਦੱਸ ਦਿੱਤਾ ਗਿਆ ਹੈ। ਤੁਸੀਂ ਇਹ ਸ਼ਬਦ ਦੀ ਮਿਹਨਤ ਕਰਕੇ ਸ਼ਬਦ ਸੰਪੂਰਨ ਕਰ ਲੈਣਾ ਹੈ ਜੀ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ। ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ, ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।